ਭਾਜੀ ਕੰਮ ਤੋਂ ਆ ਰਿਹਾ ਸੀ ਤੂੰ ਲਾ ਕੇ ਵਾਪਸ ਆ ਰਿਹਾ ਮੈਨੂੰ ਚਾਰ ਪੰਜ ਮੁੰਡੇ ਨੇ ਅੱਗੇ ਘੇਰ ਲਿਆ ਉੱਥੇ ਆ ਕੇ ਉਹਨਾਂ ਨੇ ਮੇਰਾ ਹੱਥ ਉਪਾਈ ਕੀਤੀ ਚਾਰ ਪੰਜ ਮੁੰਡਿਆਂ ਨੇ ਮੈਂ ਇਕੱਲਾ ਸੀਗਾ ਨਾਲ ਮੇਰਾ ਛੋਟਾ ਭਰਾ ਸੀਗਾ ਸਿਵਾ ਤੇ ਇੱਕ ਉਹਨਾਂ ਦਾ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਉਹ ਆਪਾਂ ਸਰਪੰਚ ਸਾਹਿਬ ਦੇ ਕੋਲ ਆਪਾਂ ਖੜਾ ਕਰ ਦਿੱਤਾ ਅੰਦਰ ਉਹਨਾਂ ਦੇ ਕੋਲ ਹੈਗਾ ਆਪਣੇ ਉਹ ਮੁੰਡੇ ਨਾਲ ਕੁੱਟ ਮਾਰ ਕਰਕੇ ਗਏ ਹੈਗੇ ਆ ਚਲੋ ਆ ਜਾਓ ਭਾਜੀ ਮੈਂ ਹਾਂ ਜੀ ਮੈਨੂੰ ਫੋਨ ਕਰ ਲਿਓ ਵਹੀਕਲ ਉਹਨਾਂ ਦੇ ਦੋ ਆ ਮੇਰੇ ਕੋਲ ਹੀ ਆ ਭਾਜੀ ਕੀ ਨਾਮ ਆਪਣਾ ਜੀ ਭਾਈ ਮੇਰਾ ਨਾਮ ਹੈਪੀ ਆ ਜੀ ਹੈਪੀ ਜੀ ਕਿੱਥੇ ਦੇ ਰਹਿਣ ਵਾਲੇ ਹੋ ਜੀ ਮੈਂ ਭਾਈ ਕੋਟਲਾ ਕੰਸਪਰ ਦਾ ਰਹਿਣਾ ਟਾਟਾ ਪਠੇ ਦੇ ਕੰਮ ਕਰਦਾ ਜੀ ਠੀਕ ਆ ਤੇ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਂ ਭਾਈ ਕੰਮ ਤੋਂ ਆ ਰਿਹਾ ਸੀਗਾ ਜੀ ਕੰਮ ਤੋਂ ਆ ਕੇ ਮੈਂ ਮੁੰਡੇ ਨੂੰ ਕੰਮ ਤੇ ਕੋਟਲਾ ਗੋਸਪੁਰ ਦਾ ਮੁੰਡਾ ਮੰਗੀ ਨਾਮ ਆ ਉਹਦਾ ਉਹਨੂੰ ਮੈਂ ਲਾ ਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸਿਰਫ ਉਹਨੂੰ ਲਾ ਕੇ ਵਾਪਸ ਆ ਰਿਹਾ ਮੈਨੂੰ ਚਾਰ ਪੰਜ ਮੁੰਡੇ ਨੇ ਅੱਗੇ ਘੇਰ ਲਿਆ ਜੀ ਭਾਜੀ ਕਿੱਥੇ ਕਿੱਥੇ ਕਿਹੜੀ ਜਗ੍ਹਾ ਘੇਰ ਲਿਆ ਜੀ ਭਾਜੀ ਕੋਟਲਾ ਗੋਸਪੁਰ ਪਿੰਡ ਦੇ ਵਿੱਚ ਘੇਰੇ ਆ ਜੀ ਆਪਣੇ ਚੱਕੀ ਦੇ ਮੋਹਰੇ ਸਰਪੰਚ ਉਹਨਾਂ ਦੇ ਘਰ ਤੋਂ ਥੋੜਾ ਜਿਹਾ ਪਿੱਛੇ ਜੀ ਜੀ ਭਾਜੀ ਉੱਥੇ ਆ ਕੇ ਉਹਨਾਂ ਨੇ ਮੇਰਾ ਹੱਥ ਉਪਾਈ ਕੀਤੀ ਚਾਰ ਪੰਜ ਮੁੰਡਿਆਂ ਨੇ ਮੈਂ ਇਕੱਲਾ ਸੀਗਾ ਨਾਲ ਮੇਰਾ ਛੋਟਾ ਭਰਾ ਸੀਗਾ ਜੀ ਤੁਸੀਂ ਕਦ ਦਿੱਤੇ ਸੀਗੇ ਮੈਂ ਭਾਜੀ ਮੋਟਰਸਾਈਕਲ ਤੇ ਸੀਗਾ ਤੁਹਾਡਾ ਮੋਟਰਸਾਈਕਲ ਵੀ ਪਨੇ ਹਾਂਜੀ ਮੇਰਾ ਮੋਟਰਸਾਈਕਲ ਪਨੇ 2987 ਮੇਰੇ ਮੋਟਰਸਾਈਕਲ ਨੰਬਰ ਪਲੀਨਾ ਮੋਟਰਸਾਈਕਲ ਜੀ ਮੇਰੇ ਕੋਲ ਜੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਉਹਨਾਂ ਦੇ ਮੋਟਰਸਾਈਕਲ ਭਾਜੀ ਮੈਂ ਉਹਨਾਂ ਨੂੰ ਕੁਝ ਨਹੀਂ ਜਾਣਦਾ ਸੀਗਾ ਜੀ ਉਹਨਾਂ ਦੇ ਮੋਟਰਸਾਈਕਲ ਕਾਬੂ ਕਰ ਲਿਆ ਇੱਕ ਐਕਟਿਵਾ ਤੇ ਇੱਕ ਉਹਨਾਂ ਦਾ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਉਹ ਆਪਾਂ ਸਰਪੰਚ ਸਾਹਿਬ ਦੇ ਕੋਲ ਆਪਾਂ ਖੜਾ ਕਰ ਦਿੱਤਾ ਅੰਦਰ ਉਹਨਾਂ ਦੇ ਕੋਲ ਜੀ ਉਹਨਾਂ ਨੇ ਮੇਰਾ ਹੱਥ ਉਪਾਈ ਕੀਤੀ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਨਾ ਮੇਰੀ ਕੋਈ ਜਾਣ ਪਛਾਣ ਉਹਨਾਂ ਨੇ ਜੀ ਕੀ ਨਾਮ ਆਪਣਾ ਜੀ ਭਾਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਤੁਸੀਂ ਸਰਪੰਚ ਸਰਪੰਚ ਭਾਜੀ ਕੋਟਲਾ ਗੋਸਪੁਰ ਪਿੰਡ ਦਾ ਜੀ ਭਾਜੀ ਕੀ ਵਾਰਦਾਤ ਹੋਈ ਹੈ ਕਿੱਦਾਂ ਪਤਾ ਲੱਗਾ ਕੀ ਕਰਨਾ ਚਾਹੁੰਦੇ ਮੈਂ ਭਾਜੀ ਆਪਣੇ ਰੂਮ 'ਚ ਸੌਣ ਜਾ ਰਹੇ ਉੱਪਰ ਅੱਛਾ ਜੀ ਤੇ ਮੈਂ ਰੌਲਾ ਪੈਂਦਾ ਦੇਖਿਆ ਤੇ ਮੈਂ ਨੀਚੇ ਆਇਆ ਫਿਰ ਮੈਂ ਪੁੱਛਿਆ ਇਹਨਾਂ ਨੂੰ ਜੀ ਤੇ ਇਹ ਮੁੰਡਾ ਵਿਚਾਰਾ ਇਹ ਤਾਂ ਸੱਟਾਂ ਚੁੱਟਾਂ ਲੱਗੀਆਂ ਸੀ ਮੈਨੂੰ ਪੁੱਛਿਆ ਕੀ ਗੱਲ ਹੋ ਗਿਆ ਜੀ ਜੀ ਤੇ ਇਹਨੇ ਦੱਸਿਆ ਮੈਨੂੰ ਕਹਿੰਦੇ ਵੀ ਮੇਰੇ ਨਾਲ ਨਾ ਕੋਈ 5-6 ਮੁੰਡਿਆਂ ਨੇ ਕੁੱਟਮਾਰ ਕੀਤੀ ਆ ਅੱਛਾ ਜੀ ਤੇ ਆਪਣੇ ਉਹ ਕੁੱਟਮਾਰ ਕਰਕੇ ਭੱਜ ਗਏ ਆ ਉਹਨਾਂ ਦੀ ਇੱਕ ਸਪਲੈਂਡਰ ਬਾਈਕ ਆ ਤੇ ਇੱਕ ਐਕਟਿਵਾ ਆ ਜੀ ਉਹ ਛੱਡ ਕੇ ਭੱਜ ਗਏ ਤੇ ਅਸੀਂ ਉਹ ਐਕਟਿਵਾ ਔਰ ਇੱਕ ਸਪਲੈਂਡਰ ਆਪਣੇ ਕੋਲ ਰੱਖ ਲਈ ਆ ਤੇ ਰਿਕਵਰ ਛੱਡ ਕੇ ਭੱਜ ਗਏ ਸੀ ਆਪਾਂ ਉਹ ਰੱਖ ਲਿਆ ਤੇ ਆਪਾਂ ਥਾਣੇ ਸਦਰ ਨੂੰ ਇਨਫੋਰਮ ਕਰਤਾ ਆ ਉਹ ਜਿਹੜੇ ਉੱਤੇ ਉਹਨਾਂ ਦੇ ਵਿਅਕਤੀ ਸੀਗੇ ਸਰ ਉਹ ਸਾਨੂੰ ਨਹੀਂ ਪਤਾ ਕੌਣ ਸੀਗੇ ਜੀ ਉਹਨਾਂ ਦਾ ਕੀ ਮਨਸ਼ਾ ਸੀਗੀ ਲੁੱਟਾਂ ਖੋਹਾਂ ਵਾਲੇ ਸੀ ਕਿ ਕੀ ਸੀਗੇ ਇਹਦੇ ਬਾਰੇ ਹੁਣ ਤਫਤੀਸ਼ ਕਰਨਗੇ ਮੁਲਾਜ਼ਮ ਤਾਂ ਉਹਨਾਂ ਨੂੰ ਪਤਾ ਲੱਗੂਗਾ ਉਹ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਰ ਚਲੋ ਜੋ ਵੀ ਆ ਥੋੜ੍ਹੀ ਪੁਲਿਸ ਪ੍ਰਸ਼ਾਸਨ ਨੂੰ ਖੁੱਲ੍ਹ ਦਿੱਤੀ ਜਾਵੇ ਵੀ ਚਲੋ ਆਪਣੇ ਉਹ ਜਿਹੜਾ ਲੋ ਐਂਡ ਆਰਡਰ ਨਾ ਉਹਨਾਂ ਨੂੰ ਥੋੜ੍ਹਾ ਮੇਨਟੇਨ ਕਰ ਸਕਣ ਪੁਲਿਸ ਦੇ ਹੱਥ ਥੋੜ੍ਹੇ ਖੋਲ੍ਹੇ ਜਾਣ ਕਿਉਂਕਿ ਇਹ ਜਿਹੜੇ ਲੁੱਟਾਂ ਹੋ ਰਹੀਆਂ ਸ਼ਾਮ ਦੇ ਟਾਈਮ ਹਾਂ ਮੱਝ ਇੱਕ ਚੋਰੀ ਹੋਈ ਉੱਦਾਂ ਵੀ ਇੱਕ ਦੋ ਚੋਰੀਆਂ ਪਹਿਲਾਂ ਵੀ ਹੋਈਆਂ ਆ ਥੋੜ੍ਹੇ ਜਿਹਾ ਅਮਲੇ ਉਮਲੇ 'ਤੇ ਥੋੜ੍ਹੇ ਸ਼ਿਕੰਜਾ ਕੱਸਿਆ ਜਾਵੇ ਨਰਦੀਪ ਸਿੰਘ ਨੇ ਕੰਪਲੇਂਟ ਦਿੱਤੀ ਵੀ ਉਹਨਾਂ ਕੁੱਟਮਾਰ ਕੀਤੀ ਲੜਾਈ ਝਗੜਾ ਹੋਇਆ ਇਹ ਕੋਟਲਾ ਗੋਸਪੁਰ ਮੌਕੇ ਜਾ ਕੇ ਦਰਿਆਫਤ ਕਰਦੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹਾਂ ਜਾ ਕੇ ਦਰਿਆਫਤ ਕਰਦੇ ਨਾ ਦਰਿਆਫਤ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਾਂਦੀ ਹੈ।